ਡਾਕਟਰ ਦਲੀਪ ਕੌਰ ਟਿਵਾਣਾ ਨਿੱਕੀ ਕਹਾਣੀ ਦੀ ਵੱਡੀ ਲੇਖਿਕਾ ਹੈ। ਹੁਣ ਤੱਕ ਉਹਨਾਂ ਦੇ 7 ਕਹਾਣੀ ਸੰਗ੍ਰਹਿ ਛਪ ਚੁੱਕੇ ਨੇ ਅਤੇ ਉਸ ਦੇ ਨਾਲ ਨਾਲ 40 ਦੇ ਕਰੀਬ ਨਾਵਲਾਂ ਦੀ ਰਚੇਤਾ। ਪੰਜਾਬੀ ਮਾਂ ਬੋਲੀ ਦਾ ਵੱਡਾ ਮਾਣ ਹੈ ਸਾਡੀ ਡਾਕਟਰ ਦਲੀਪ ਕੌਰ ਟਿਵਾਣਾ। ਪੰਜਾਬ ਦੇ ਉੱਚ ਕਿਸਾਨ ਅਤੇ ਸਰਦਾਰ ਪਰਿਵਾਰ 'ਚ 1935 ਵਿੱਚ ਰੱਬੋ ਉੱਚੀ ਪਿੰਡ ਜ਼ਿਲ੍ਹਾ ਲੁਧਿਆਣਾ 'ਚ ਪੈਦਾ ਹੋਈ। ਆਪਣੇ ਨੰਗੇ ਪੈਰਾਂ ਦੇ ਸਫ਼ਰ ਦੀ ਰਫ਼ਤਾਰ ਵਿੱਚ ਪੈੜਾਂ ਦੀ ਵਰਣਮਾਲਾ ਲਿਖਦੀ ਅੱਖਰਾਂ ਦੇ ਅਸਮਾਨ ਉੱਤੇ ਦਸਤਖਤ ਕਰਨ ਲੱਗ ਪਈ। ਨਿੱਕੀ ਇੱਟ ਦੀਆਂ ਉੱਚੀਆਂ ਹਵੇਲੀਆਂ 'ਚ ਪਲੀ ਆਪਣੇ ਨਾਵਲ ਸ਼ਾਹਕਾਰ ਕਿਰਤ ਇਹੋ ਹਮਾਰਾ ਜੀਵਣਾ ਦੂਜੇ ਨਾਵਲ ਉੱਤੇ ਹੀ ਉਹਨਾਂ ਭਾਰਤੀ ਸਾਹਿਤ ਅਕੈਡਮੀ ਦਾ ਅਵਾਰਡ ਉਹਨਾਂ ਨੇ ਜਿੱਤਿਆ। ਪੰਜਾਬੀ ਸਾਹਿਤ ਵਿੱਚ ਦੁਨੀਆ ਦੇ ਵਿੱਚ ਇੱਕ ਆਦਰਸ਼ਕ ਲੇਖਕਾ ਦੇ ਤੌਰ 'ਤੇ ਅੰਕਿਤ ਕੀਤਾ ਹੈ।